ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀਆਂ ਹਰ ਨਿੱਕੀਅਤ ਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕੁਐਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸੋ ਸ਼ੁਰੂਆਤ ਕਰਦੇ ਹਾਂ ਜੀ ਮਨਰੇਗਾ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਮੰਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਮਾਠੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਯੂਨੀਅਨ ਦੇ ਬਲਾਕ ਪ੍ਰਧਾਨ ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਅਸੀਂ ਮੰਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਰਹੇ ਹਾਂ ਪਰ ਇਸ ਮਹਾਮਾਰੀ ਦੌਰਾਨ ਮੰਨਰੇਗਾ ਮੁਲਾਜ਼ਮਾਂ ਦੇ ਬਾਰੇ ਕੁਝ ਵੀ ਨਾ ਕਰਕੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਮਨਰੇਗਾ ਕਰਮਚਾਰੀ ਪਿੰਡਾਂ 'ਚ ਕਾਮਿਆਂ ਨੂੰ ਰੋਜ਼ਗਾਰ ਦਿਵਾਉਣ ਦੇ ਨਾਲ-ਨਾਲ ਇਸ మహామਾਰੀ 'ਚ ਵੀ ਇਕਾਂਤਵਾਸ ਬੈਠੇ ਸ਼ੱਕੀ ਮਰੀਜ਼ਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕਰ ਰਹੇ ਹਨ। ਅਗਲੀ ਖਬਰ ਆ ਰਹੀ ਹੈ ਜੀ 9ਵੀਂ ਅਤੇ 11ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਮੁਲਤਵੀ। ਚੰਡੀਗੜ੍ਹ ਪ੍ਰਸ਼ਾਸਨ ਨੇ ਜੀ 9ਵੀਂ ਅਤੇ 11ਵੀਂ ਜਮਾਤ ਦੀਆਂ ਕੰਪਾਰਟਮੈਂਟ ਦੀਆਂ ਪ੍ਰੀਖਿਆਵਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਵਿੱਚ 9ਵੀਂ ਅਤੇ 11ਵੀਂ ਦੇ 4.5 ਹਜ਼ਾਰ ਵਿਦਿਆਰਥੀਆਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ 15 ਮਈ 2020 ਨੂੰ ਹੋਣੀਆਂ ਸੀ ਜੋ ਹੁਣ ਨਹੀਂ ਹੋਏਗੀ ਇਸ ਦੇ ਸਬੰਧ ਵਿੱਚ ਗੱਲਬਾਤ ਕਰਦੇ ਆਂ ਜ਼ਿਲ੍ਹਾ ਸਿੱਖਿਆ ਅਫਸਰ ਅਲਕਾ ਮਹਿਤਾ ਦਾ ਕਹਿਣਾ ਹੈ ਕਿ ਇਹ ਗੱਲ ਨੂੰ ਪਰ ਜ਼ੋਰ ਸੰਭਾਵਨਾ ਕਿ ਹੁਣ ਪ੍ਰੀਖਿਆਵਾਂ ਦੁਬਾਰਾ ਸਕੂਲ ਖੋਲਣ ਤੋਂ ਬਾਅਦ ਹੀ ਲਈਆਂ ਜਾਣਗੀਆਂ ਇਹ ਫੈਸਲਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਤੇ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਧਿਆਨ ਨੂੰ ਰੱਖਦੇ ਹੋਏ ਲਿਆ ਗਿਆ ਹੈ ਤੇ 19 ਦਵਾਰਾਂ ਨੂੰ ਕੰਪਾਰਟਮੈਂਟ ਦੀ ਪ੍ਰੀਖਿਆ ਬਾਰੇ ਵਿਸਤਾਰ ਜਾਣਕਾਰੀ ਦੇ ਲਈ ਅਧਿਕਾਰਤ ਵੈੱਬਸਾਈਟ ਤੇ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਅੰਮ੍ਰਿਤਧਾਰੀ ਸਿੱਖ ਦੀ ਦਸਤਾਰ ਉਤਾਰਨ, ਕੇਸਾਂ ਤੋਂ ਫੜ ਕੇ ਬੇਇੱਜ਼ਤੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਪਿੰਡ ਲੈਪੋ ਦੇ ਵਿਖੇ ਇੱਕ ਅੰਮ੍ਰਿਤਧਾਰੀ ਕਿਸ ਦੀ ਦਸਤਾਰ ਲਾਉਣ ਕੇਸਾਂ ਤੋਂ ਫੜ ਕੇ ਬੇਇੱਜ਼ਤੀ ਕਰਨਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਦੇ ਵਿੱਚ 4 ਬਾਈ ਨੇਮ ਲੋਕਾਂ ਦੇ ਸਮੇਤ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ 452 295 506 323 120 ਬੀ 148 ਤੇ 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੀ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਜਸਪਾਲ ਸਿੰਘ ਸਰਪੰਚ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਲੈਪੋ ਨੇ ਦੋਸ਼ ਲਾਇਆ ਕਿ ਬੀਤੀ 27 April 2020 ਨੂੰ ਜੀਤ ਸਿੰਘ ਪੁੱਤਰ ਹਾਕਮ ਸਿੰਘ ਨੇ ਆਪਣੀ ਹਵੇਲੀ ਦੇ ਵਿੱਚ ਸਪਲਾਈ ਵਾਲੀ ਟੂਟੀ ਦੇ ਅੱਗੇ ਪਾਈਪ ਲਾ ਕੇ ਲੈਟਰਿੰਗ ਦੇ ਵਿੱਚ ਸੁੱਟ ਦਿੱਤੀ ਤੇ ਜਦੋਂ ਪਾਣੀ ਦੀ ਸਪਲਾਈ ਬੰਦ ਹੋਈ ਤਾਂ ਲੈਟਰਿੰਗ 플ੱਸ਼ ਦਾ ਗੰਦਾ ਪਾਣੀ ਪਾਈਪ ਨੇ ਖਿੱਚ ਲਿਆ ਤੇ ਸਾਰੇ ਸੀਵਰੇਜ ਦੀਆਂ ਪਾਈਪਾਂ ਦੇ ਵਿੱਚ ਆ ਗਿਆ ਜਸਪਾਲ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਬੰਦ ਦੀ ਪੰਚਾਇਤ ਨੂੰ ਕੋਈ ਨਾਂ ਨਾ ਦਿੱਤੇ ਜਾਣ ਤੇ ਦੋਛੀਆਂ ਜੀਤ ਸਿੰਘ ਪੁੱਤਰ ਹਾਕਮ ਸਿੰਘ ਰਮਨਦੀਪ ਸਿੰਘ ਉਰਫ ਗੋਪਾ ਆਦ ਦੇ ਖਿਲਾਫ ਉਸ ਦੇ ਘਰ ਜਾ ਕੇ ਜੋ ਅਮਰਦਾਰੀ ਸਿੱਖ ਹੈ ਉਸ ਦੀ ਦਸਤਾਰ ਲਾ ਦਿੱਤੀ ਅਤੇ ਉਸ ਦੇ ਕੇਸਾ ਤੋਂ ਫੜ ਕੇ ਬੇਇੱਜ਼ਤੀ ਕਰਨਾਂ ਤੇ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ 10ਵੀਂ ਦੇ ਵਿਦਿਆਰਥੀਆਂ ਨੂੰ ਪ੍ਰੋਮੋਟ ਕਰਨ ਤੇ ਸਾਬਕਾ ਸਿੱਖਿਆ ਮੰਤਰੀ ਨੇ ਜਤਾਇਆ ਇਤਰਾਜ਼ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਰਿਕਵੈਸਟ ਜੇਕਰ ਵੀਡੀਓ ਨੂੰ ਹਾਲੇ ਤੱਕ ਵੀ ਲਾਈਕ ਨਹੀਂ ਕੀਤਾ ਤਾਂ ਜੀ ਇੱਕ ਜਾਦੂ ਵੇਖੋ ਲਾਈਕ ਵਾਲੇ ਬਟਨ ਨੂੰ ਨੱਪ ਕੇ ਉਹ ਚਿੱਟੇ ਤੋਂ ਨੀਲਾ ਹੋ ਜਾਏਗਾ ਤੁਸੀਂ ਨੱਪ ਕੇ ਦੇਖ ਸਕਦੇ ਹੋ ਤੇ ਚੈਨਲ ਨੂੰ ਲਾਲ ਰੰਗ ਵਾਲੇ ਬਟਨ ਨੂੰ ਸਬਸਕ੍ਰਾਈਬ ਨੂੰ ਨੱਪੋ ਤਾਂ ਉਹ ਵਾਈਟ ਹੋ ਜਾਏਗਾ ਨਾਲ ਘੰਟੀ ਆਏਗੀ ਉਹਦੇ ਤੇ ਤੁਸੀਂ ਕਲਿੱਕ ਕਰੋ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸੇ ਹੀ ਖਬਰ ਦੀ ਜੀ ਕੋਵਿਡ 19 ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ PSEB ਯਾਨੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਦੇ ਰਹੇ ਹਨ ਤੇ ਵਿਦਿਆਰਥੀਆਂ ਨੂੰ ਪ੍ਰੀ ਬੋਰਡ ਅਰਿਜਲਟ ਦੇ ਆਧਾਰ ਤੇ ਪ੍ਰਮੋਟ ਕਰਨ ਦੇ ਫੈਸਲੇ ਬਾਰੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਤਰਾਜ਼ ਤਾਇਆ ਜੀ ਇਸ ਦੌਰਾਨ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੀ ਬੋਰਡ CBSE ਤੋਂ ਇਲਾਵਾ ਹਾਉ ਰੋਜ ਜਿਹੜੇ ਹੋਰ ਰਾਜ ਬੋਰਡ ਵੀ ਮੈਟ੍ਰਿਕ ਦੀਆਂ ਪ੍ਰੀਖਿਆਵਾਂ ਲੈ ਸਕਦੇ ਹਨ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪ੍ਰੀਖਿਆ ਕੰਡਕਟ ਕਰਨ ਦੀ ਕੀ ਸਮੱਸਿਆ ਹੈ ਇਸ ਦੇ ਲਈ ਕਾਂਗਰਸ ਸਰਕਾਰ ਨੂੰ 10ਵੀਂ ਦੇ ਐਗਜ਼ਾਮ ਲੈਣ ਦੀ ਕੋਈ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਕਿਉਂਕਿ ਸਰਕਾਰ ਇਸ ਦੇ ਫੈਸਲੇ ਦੀ میٹرਿਕ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦੇ ਪਵ੍ਰਿਖ ਦੇ ਬਾਰੇ ਸੋਚਣਾ ਚਾਹੀਦਾ ਹੈ ਪ੍ਰਾਈਵੇਟ ਅਧਾਰਿਆਂ ਨੂੰ ਫੀਸ ਮੰਗਣ ਤੋਂ ਰੋਕ ਪਰ ਸਰਕਾਰ ਨੇ ਟੈਕਸ ਵਸੂਲੀ ਦੇ ਵੀ ਲਾਏ ਵਿਸ਼ੇਸ਼ ਕਾਊਂਟਰ 31 ਮਈ ਤੋਂ ਪਹਿਲਾਂ ਟੈਕਸ ਜਮ੍ਹਾਂ ਕਰਵਾਉਣ ਤੇ ਵਿਆਜ ਤੇ ਪੈਨਲਟੀ ਤੋਂ ਛੋਟ ਲੋਕਾਂ ਨੂੰ ਉਹਨਾਂ ਦੇ ਪ੍ਰਾਪਰਟੀ ਟੈਕਸ ਭਰੌਣਾਂ ਤੇ ਹੋਰ ਸਹੂਲਤਾਂ ਮਹੱਈਆ ਕਰਵਾਉਣ ਦੇ ਲਈ ਨਗਰ ਨਿਗਮ ਲੁਧਿਆਣਾ ਨੇ ਚਾਰੇ ਜ਼ੋਨਾਂ ਦੇ ਸੂਵਿਧਾ ਕੇਂਦਰਾਂ ਦੇ ਵਿੱਚ 14 ਮਈ 2020 ਤੋਂ ਵਿਸ਼ੇਸ਼ ਕੈਸ਼ ਕਾਊਂਟਰ ਖੋਲ ਦਿੱਤੇ ਹਨ ਜੋ ਸਵੇਰੇ 9:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਖੁੱਲੇ ਰਿਹਾ ਕਰਨਗੇ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸੂਬਾ ਸਰਕਾਰ 4 ਮਹੀਨੇ ਤੱਕ ਬਿਜਲੀ ਬਿੱਲਾਂ ਦੀ ਅਦਾਇਗੀ ਮੁਲਤਵੀ ਕਰੇ ਸ਼੍ਰੋਮਣੀ ਅਕਾਲੀ ਦਲ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਕੋਵਿਡ-19 ਕਰਕੇ ਜਦੋਂ ਗਰੀਬ ਅਤੇ ਮੱਧ ਵਰਗ ਨੂੰ ਭਾਰੀ ਵਿੱਤੀ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਸਰਕਾਰ ਨੇ ਬਿਜਲੀ ਦੇ ਵੱਡੇ ਬਿੱਲ ਜੁਰਮਾਨੇ ਦੀਆਂ ਸ਼ਰਤਾਂ ਭੇਜ ਕੇ ਆਮ ਆਦਮੀ ਦੇ ਝਕਮਾਂ ਦੇ ਉੱਤੇ ਨਮਕ ਲਾਇਆ ਹੈ ਸੋ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਰੇ ਘਰੇਲੂ ਅਤੇ ਸੰਨਤ ਦੀ ਖਪਤਕਾਰਾਂ ਨੂੰ ਜੁਰਮਾਨੇ ਦੀਆਂ ਸ਼ਰਤਾਂ ਦੇ ਸਮੇਤ ਬਿਜਲੀ ਦੇ ਬਿੱਲ ਭੇਜ ਕੇ ਕਾਂਗਰਸ ਸਰਕਾਰ ਨੇ ਆਪਣਾ ਕਠੋਰ ਚਿਹਰਾ ਵਖਾਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਤੁਰੰਤ ਬਿਜਲੀ ਦੇ ਬਿੱਲ ਭਰਨ ਦੇ ਲਈ ਮਜਬੂਰ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਪ੍ਰੈਸ਼ਰ ਬਣਾ ਰਹੀ ਹੈ ਸੋ ਦੋਸਤੋ ਇੱਥੇ ਸ਼ਰੋਤਿਆਂ ਦੇ ਵਾਸਤੇ ਸਵਾਲ ਹੈ ਜੀ ਸਰਕਾਰ ਨੂੰ ਬਿੱਲਾਂ ਦੇ ਤਾਰਨ ਦੇ ਵਿੱਚ ਤਰੀਕ ਵਧਾਉਣੀ ਚਾਹੀਦੀ ਹੈ ਜਾਂ ਬਿੱਲ ਮਾਫ ਕਰ ਦੇਣੇ ਚਾਹੀਦੇ ਆ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚੋਂ 50 ਦਿਨਾਂ ਤੋਂ ਪੁਰਾਣੀ ਭੋਜਨ ਸਮੱਗਰੀ ਨੂੰ ਤੁਰੰਤ ਨਸ਼ਟ ਕਰਨ ਦੇ ਹੁਕਮਾਂ ਦੀ ਸੂਬੇ ਦੇ ਵਿੱਚ ਵਾਇਰਸ ਦੇ ਮੱਦੇਨਜ਼ਰ ਕਰਫਿਊ ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਪਈਆਂ ਭੋਜਨ ਦੀਆਂ ਦੁਕਾਨਾਂ ਖਾਸ ਕਰਕੇ ਹਲਵਾਈ ਦੀਆਂ ਦੁਕਾਨਾਂ ਤੇ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਨਾਲ ਹੀ ਜਿਹੜਾ ਡੱਬਾ ਬੰਦ ਭੋਜਨ ਪਦਾਰਥਾਂ ਨੂੰ ਵੀ ਨਸ਼ਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਸੋ ਸੂਬੇ ਦੇ ਵਿੱਚ ਸੈਂਕੜੇ ਖਾਣ ਪੀਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਜੋ ਪੁਰਾਣੇ ਖਾਦ ਖਾਦ ਪਦਾਰਥਾਂ ਨੂੰ ਸਹੀ ਢੰਗ ਦੇ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੀਐਮ ਕੇਅਰ ਫੰਡ ਦੇ ਵਿੱਚੋਂ 2000 ਕਰੋੜ ਰੁਪਏ ਵੈਂਟੀਲੇਟਰ ਅਤੇ 1000 ਕਰੋੜ ਪ੍ਰਵਾਸੀ ਮਜ਼ਦੂਰਾਂ ਦੇ ਲਈ ਰਾਖਵੇਂ ਕਰ ਦਿੱਤੇ ਗਏ ਹਨ ਸੋ ਇਸ ਦੇ ਵਿੱਚੋਂ ਜਿਹੜਾ 2000 ਕਰੋੜ ਮੁੱਲ ਦੇ ਆ ਜਿਹੜੇ ਵੈਂਟੀਲੇਟਰ ਖਰੀਦੇ ਜਾਣਗੇ ਕਿਸ ਦੇਸ਼ ਤੋਂ ਖਰੀਦੇ ਜਾਣਗੇ ਹਾਲੇ ਤੱਕ ਕੋਈ ਨਹੀਂ ਪਤਾ ਜੀ ਤੇ ਪਰ ਚੀਨ ਦੇ ਨਾਲ ਆਪਣੇ ਪੀਐਮ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਕੁਝ ਨਹੀਂ ਚੀਨ ਤੋਂ ਲੈਣਾ ਸੋ ਹੁਣੇ ਪਤਾ ਲੱਗੇਗਾ ਕਿ 2000 ਕਰੋੜ ਦੇ ਵੈਂਟੀਲੇਟਰ ਕਿਸ ਦੇਸ਼ ਤੋਂ ਖਰੀਦੇ ਜਾਣਗੇ ਉਸ ਤੋਂ ਬਾਅਦ 1000 ਕਰੋੜ ਰੁਪਇਆ ਪ੍ਰਵਾਸੀ ਮਜ਼ਦੂਰਾਂ ਦੇ ਲਈ ਅਤੇ 100 ਕਰੋੜ ਰੁਪਇਆ ਕੋਰੋਨਾ ਦੀ ਦਵਾਈ ਬਣਾਉਣ ਦੇ ਲਈ ਦਿੱਤੇ ਜਾਣਗੇ ਸੋ ਪ੍ਰਵਾਸੀ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਹੁਣ 100 ਕਰੋੜ ਰੁਪਇਆ ਜਿਹੜਾ ਸੈਂਟਰ ਸਰਕਾਰ ਪਾਵੇਗੀ ਸੋ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੈਂਟਰ ਸਰਕਾਰ ਨੇ ਕਾਫੀ ਪਿਛਲੇ ਲੋਕਾਂ ਦੇ ਜਨਤਨ ਖਾਤੇ ਦੇ ਵਿੱਚ ਪੈਸੇ ਪਾਏ ਵੀ ਹਨ ਸੋ ਜਿਨ੍ਹਾਂ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਹਨ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਜਿਨ੍ਹਾਂ ਦੇ ਨਹੀਂ ਆਏ ਉਹ ਵੀ ਲਿਖੋ ਅਗਲੀ ਖਬਰ ਆ ਰਹੀ ਹੈ ਜੀ ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 78000 ਤੋਂ ਪਾਰ ਜੀ ਦੇਸ਼ ਦੇ ਵਿੱਚ ਕੋਵਿਡ-19 ਦੀ ਗਲੋਬਲ ਮਹਾਮਾਰੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਜੀ ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ 3722 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਸੰਕਰਮਿਤ ਹੋਣ ਦੀ ਗਿਣਤੀ 78003 ਹੈ ਇਸ ਸਮੇਂ ਦੌਰਾਨ 134 ਵਿਅਕਤੀ ਮਰਨ ਵਾਲਿਆਂ ਦੀ ਗਿਣਤੀ ਆ ਤੇ 2549 ਤੱਕ ਜਿਹੜੀ ਪਹੁੰਚ ਚੁੱਕੀ ਹੈ ਜੀ ਪਿਛਲੇ 24 ਘੰਟਿਆਂ ਦੇ ਦੌਰਾਨ 134 ਵਿਅਕਤੀਆਂ ਦੀ ਮੌਤ ਹੋਣ ਦੇ ਕਾਰਨ ਟੋਟਲ ਗਿਣਤੀ 2549 ਤੱਕ ਪਹੁੰਚ ਗਈ ਹੈ ਜੀ ਉਸ ਤੋਂ ਬਾਅਦ ਜੀ 50000 ਤੋਂ ਵੱਧ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚ 12ਵੇਂ ਨੰਬਰ ਤੇ ਜਿਹੜਾ ਭਾਰਤ ਉਹ ਪਹੁੰਚ ਗਿਆ ਹੈ ਕੇਂਦਰ ਦਾ ਪਹਿਲਾ ਰਾਹਤ ਪੈਕੇਜ ਵੀ ਵਾਅਦੇ ਤੇ ਖਰਾ ਨਹੀਂ ਸੀ ਉਤਰਿਆ ਕੈਪਟਨਸੋ ਲਾਕਡਾਊਨ ਦੇ ਕਾਰਨ ਪੈਦਾ ਹੋਏ ਮਾਨਵ ਮਾਨਵਤਾਵਾਦੀ ਸੰਕਟ ਨੂੰ ਹੱਲ ਕਰਨ ਦੇ ਲਈ ਕੇਂਦਰ ਸਰਕਾਰ ਦੀ ਨਾਕਾਮੀ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਾਮਨ ਦੇ ਵੱਲੋਂ ਐਲਾਨੇ ਪਹਿਲੇ ਆਰਥਿਕ ਪੈਕੇਜ ਗੈਰ ਸੰਗਠਿਤ ਸੈਕਟਰਾਂ ਨੂੰ ਤੁਰੰਤ ਦਖਲ ਦੇਣ ਦੇ ਲਈ ਸਭ ਤੋਂ ਵੱਧ ਤਰਜੀ ਦਿੱਤੀ ਜਾਣੀ ਚਾਹੀਦੀ ਸੀ ਪਰ ਨਿਰਮਲਾ ਸੀ타ਰਾਮਨ ਦੇ ਵੱਲੋਂ ਹੁਣ ਐਲਾਨ ਕੀਤੇ ਤੇ ਪਹਿਲੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਵਿੱਤ ਮੰਤਰੀ ਨੇ ਮੌਜੂਦਾ ਸੰਕਟ ਦੇ ਕਾਰਨ ਅਨਕਿਆਸੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਜ਼ਰੂਰੀ ਲੋੜਾਂ ਨਾਲ ਸੂਖਮ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਐਨਬੀਐਫਸੀ ਅਤੇ ਹਾਊਸਿੰਗ ਸੈਕਟਰਾਂ ਦੀਆਂ ਲੋੜਾਂ ਦਰਮਿਆਨ ਸੰਤੁਲਿਤ ਕਾਰਜ ਕਰਨ ਦੇ ਵੱਲ ਧਿਆਨ ਨਹੀਂ ਦਿੱਤਾ। ਸੋ ਅਹਿਮਦਾਬਾਦ ਤੋਂ ਖਬਰ ਆ ਰਹੀ ਹੈ ਜੀ ਕੋਰੋਨਾ ਦਾ ਕਹਿਰ ਇੱਕ ਦਿਨ ਦੇ ਵਿੱਚ 10 ਬੱਚੇ ਜਿਹੜੇ ਪੋਜ਼ਿਟਿਵ ਪਾਏ ਗਏ ਹਨ ਜਦੋਂ ਇਕੱਠੇ 10 ਬੱਚੇ ਕੋਰੋਨਾ ਪੋਜ਼ਿਟਿਵ ਮਿਲੇ ਤੇ ਦੱਸਣਯੋਗ ਹੈ ਕਿ ਬੱਚਿਆਂ ਦੇ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਆ ਤੇ ਇਹਨਾਂ ਬੱਚਿਆਂ ਦੇ ਵਿੱਚ 6 ਲੜਕੀਆਂ ਤੇ 4 ਲੜਕੇ ਹਨ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਲੈਬ ਦੇ ਵਿੱਚ ਤਿਆਰ ਹੋਇਆ ਕੋਰੋਨਾ ਇਹ ਕੁਦਰਤੀ ਵਾਇਰਸ ਨਹੀਂ ਨਤਨ ਗੱਡਕਰੀ ਸੋ ਚੀਨ ਦੇ ਵਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੂੰ ਪੂਰੀ ਦੁਨੀਆ ਦੇ ਵਿੱਚ ਖਤਰਨਾਕ ਕਹਿਰ ਵੇਖਣ ਨੂੰ ਮਿਲ ਰਿਹਾ ਜੀ ਅਮਰੀਕਾ ਲਗਾਤਾਰ ਕਹਿ ਰਿਹਾ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ ਸਕੂ ਇਹ ਵੁਹਾਨ ਸ਼ਹਿਰ ਦੀ ਲੈਬ ਤੋਂ ਤਿਆਰ ਹੋ ਕੇ ਆਇਆ ਹੁਣ ਮੋਦੀ ਸਰਕਾਰ ਦੇ ਮੰਤਰੀ ਨੇ ਵੀ ਮੰਨ ਲਿਆ ਕਿ ਵਾਇਰਸ ਲੈਬ ਦੇ ਵਿੱਚੋਂ ਹੀ ਫੈਲਿਆ ਹੈ ਕਿਸਾਨਾਂ ਦੇ ਲਈ ਖੇਤੀ ਖੇਤਰ ਲਈ ਹੋ ਸਕਦਾ ਰਾਹਤ ਪੈਕੇਜ ਦਾ ਐਲਾਨ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਦੂਜੇ ਗੇਟ ਦੇ ਵਿੱਚ ਅੱਜ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਕਿਸਾਨਾਂ ਨੂੰ ਖੁਸ਼ਖਬਰੀ ਦੇ ਸਕਦੇ ਹਨ ਜੀ ਸੂਤਰਾਂ ਦਾ ਕਹਿਣਾ ਹੈ ਕਿ ਕੱਲ ਬੁੱਧਵਾਰ ਦੇ ਪਹਿਲੇ ਦਿਨ ਦੇ ਵਿੱਚ ਸੂਖਮ ਅਤੇ ਲਘੂ ਦਰਮਿਆਨੇ ਉਦਯੋਗਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਖੇਤੀ ਦੇ ਰਾਹਤ ਪੈਕੇਜ ਦਾ ਐਲਾਨ ਕਰ ਸਕਦੇ ਹਨ ਤੇ ਮੋਦੀ ਨੇ ਜਿਹੜਾ ਮੰਗਲਵਾਰ ਨੂੰ ਰਾਸ਼ਟਰ ਦੇ ਨਾਂ ਦੇ ਸੰਬੋਧਨ ਦੇ ਵਿੱਚ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਜੀ ਰੇਲਵੇ 30 ਜੂਨ ਤੱਕ ਸਾਰੀਆਂ ਟਿਕਟਾਂ ਕੀਤੀਆਂ ਕੈਨਸਲ ਪੈਸੇ ਹੋਣਗੇ ਵਾਪਸ ਉਹ ਵੱਡੀ ਖਬਰ ਨਿਕਲ ਕੇ ਜਿਹੜੀ ਸਾਹਮਣੇ ਆ ਰਹੀ ਹੈ ਜੀ ਰੇਲਵੇ ਨੇ 30 ਜੂਨ ਅਤੇ ਉਸ ਤੋਂ ਪਹਿਲਾਂ ਦੀਆਂ ਯਾਤਰਾਆਂ ਦੀਆਂ ਸਾਰੀਆਂ ਬੁੱਕ ਕੀਤੀਆਂ ਟਿਕਟਾਂ ਕੈਨਸਲ ਕਰ ਦਿੱਤੀਆਂ ਹਨ ਜੀ ਰੇਲਵੇ ਨੇ 30 ਜੂਨ ਤੱਕ ਬੁੱਕ ਕੀਤੇ ਗਏ ਸਾਰੀਆਂ ਟਿਕਟਾਂ ਦੇ ਪੈਸੇ ਵੀ ਵਾਪਸ ਕਰੇਗੀ ਸਮਾਚਾਰ ਏਜੰਸੀ ਤੋਂ ਜਾਣਕਾਰੀ ਮਿਲੀ ਹੈ ਕਿ ਰੇਲਵੇ ਨੇ 30 ਜੂਨ ਅਤੇ ਉਸ ਤੋਂ ਪਹਿਲਾਂ ਦੀਆਂ ਯਾਤਰਾ ਦੇ ਲਈ ਬੁੱਕ ਕੀਤੇ ਗਏ ਸਾਰੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਤੇ ਰੇਲਵੇ 30 ਜੂਨ ਤੱਕ ਬੁੱਕ ਕੀਤੇ ਗਏ ਸਾਰੀਆਂ ਟਿਕਟਾਂ ਦੇ ਪੈਸੇ ਤੁਹਾਨੂੰ ਰਿਫੰਡ ਕਰੇਗੀ ਜੀ ਪਰ ਰੇਲਵੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਸਾਰੀਆਂ ਸਪੈਸ਼ਲ ਟ੍ਰੇਨਾਂ ਸ਼ਰਮਿਕ ਐਕਸਪ੍ਰੈਸ ਟ੍ਰੇਨਾਂ ਪਹਿਲਾਂ ਤਰ੍ਹਾਂ ਦੀ ਹੀ ਚੱਲਦੀਆਂ ਰਹਿਣਗੀਆਂ ਤੇ ਰੇਲ ਮੰਤਰਾਲੇ ਨੇ ਪਹਿਲਾਂ ਤੋਂ ਬੁੱਕ ਕੀਤੇ ਗਏ ਟਿਕਟਾਂ ਨੂੰ ਰੱਦ ਕਰਨ ਅਤੇ ਉਸ ਦੇ ਰਿਫੰਡ ਨੂੰ ਲੈ ਕੇ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਆ ਜੀ ਤੇ ਜਿਹੜੀਆਂ 21 ਮਾਰਚ ਤੋਂ ਬਾਅਦ ਟਿਕਟਾਂ ਤੁਸੀਂ ਬੁੱਕ ਕਰਵਾਈਆਂ ਸੀ ਉਹ ਫਿਲਹਾਲ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਹਨ ਅਗਲੀ ਵੱਡੀ ਖਬਰ ਪੰਜਾਬ ਤੋਂ ਜੀ ਕਰੋਨਾ ਦੇ ਘੇਰ ਤੋਂ ਪੰਜਾਬ ਤੋਂ ਰਾਹਤ ਦੀ ਵੱਡੀ ਖਬਰ ਆ ਗਈ ਆ ਜੀ ਪੰਜਾਬ ਚ ਕਰੋਨਾ ਵਾਇਰਸ ਖਿਲਾਫ ਜੰਗਦਰਮਿਆਣ ਸੂਬੇ ਚ ਕਰੋਨਾ ਦੇ ਪੋਜ਼ਿਟਿਵ ਮਾਮਲਿਆਂ ਦੀ ਰਫ਼ਤਾਰ ਚ ਕੁਝ ਕਮੀ ਆਈ ਹੈ ਜੀ ਇਸ ਦੇ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਤੇਜ਼ੀ ਦੇ ਨਾਲ ਵਧ ਰਹੀ ਹੈ ਜੀ ਸੂਬੇ ਦੇ ਵਿੱਚ 15 ਨਵੇਂ ਪੋਜ਼ਿਟਿਵ ਕੇਸ ਆਏ ਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਆ ਜੀ ਸੋ ਦੋਸਤੋ ਇਹ ਸੰਨ ਸੂਬੇ ਪੰਜਾਬ ਦੀਆਂ ਤੇ ਕੁਝ ਦੇਸ਼ ਵਿਦੇਸ਼ ਦੀਆਂ ਆਮ ਅਤੇ ਖਾਸ ਖਬਰਾਂ ਦੁਪਹਿਰ ਦੀਆਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਆਂ ਤਾਜ਼ਾ ਜਾਣਕਾਰੀ ਵਾਲੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲਣਾ ਸੋ ਦੋਸਤੋ ਆਪਣੇ ਕੀਮਤੀ ਵਿਚਾਰ ਵੀਡੀਓ ਦੇ ਸਬੰਧ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਜੀ ਵੀਡੀਓ ਦੇਖਣ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ